काफी लंबे समय तो हड़ताल ते चल रहे सफाई सेवका ने अपनी मंगा नु मंगवाउन दे लई दोराहा विखे दिल्ली अमृतसर हाईवे नु जाम कर दिता। इत्थे बस नहीं उन्हां कांग्रेसी विधायकां दे घरां दे बाहर भी कूड़ा सुट्टण दा ऐलान कीता। दोराहा विखे हड़ताल ते चल रहे सफाई सेवकां दा कहना है कि पंजाब दी सरकार अपने विधायकां दे पुत्रां नु घर बैठे नौकरियां दे रही है, पर जो लंबे समय तो अपनी जान ते खेड के सीवरेज साफ करके अपने शहर नु साफ कर रहे ने, उन्हां नु पक्के तक नहीं कीता जा रहा। ਅਸੀਂ ਬੰਦ ਕੀਤਾ ਕਿ ਜਿਹੜੇ ਸਫਾਈ ਸੇਵਕ ਜਿਹੜੇ ਕੱਚੇ ਮੁਲਾਜ਼ਮ ਆ ਪੱਕੇ ਕਰੋ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ, ਜੇ 2004 ਤੋਂ ਪੈਨਸ਼ਨ ਬੰਦ ਹੈ ਜੋ ਪੈਨਸ਼ਨ ਲਾਗੂ ਕੀਤੀ ਜਾਵੇ, ਅਤੇ ਜਿਹੜੇ ਸੇਮ ਕੰਮ ਸੇਮ ਤਨਖਾਹ ਦਿੱਤੀ ਜਾਵੇ। ਅਤੇ ਜੇ ਹੁਣ ਇਹ ਰੋਡ ਜਾਮ ਕੀਤਾ ਹੈ ਕਿਉਂਕਿ ਸਰਕਾਰ ਨੂੰ ਅਸਾਂ ਕਈ ਵਾਰ ਮਿਲ ਚੁੱਕੇ ਹਾਂ, 4 ਮੀਟਿੰਗਾਂ ਹੋ ਚੁੱਕੀਆਂ ਨੇ, ਪਰ ਸਰਕਾਰ ਨੇ ਅੱਜ ਤੱਕ ਕੋਈ ਆਸ਼ਵਾਸਨ ਨਹੀਂ ਦਵਾਇਆ। ਜੇ ਸਰਕਾਰ ਨਹੀਂ ਮੰਨੀ ਤਾਂ ਇਸ ਤੋਂ ਬਾਅਦ ਅਸੀਂ ਸਖ਼ਤ ਐਕਸ਼ਨ ਲਵਾਂਗੇ। ਇਹਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਅਸੀਂ ਹੁਣ ਅਗਲਾ ਐਕਸ਼ਨ ਜਿਹੜੇ MLA ਆ, ਜਿਹੜੇ ਮੰਤਰੀ ਆ, ਉਹਨਾਂ ਦੇ ਬਾਹਰ ਅੱਗੇ ਕੂੜੇ ਢੇਰ ਲਾਵਾਂਗੇ ਅਤੇ ਜਿਹੜੇ ਮਰੇ ਹੋਏ ਕੁੱਤੇ ਸਿੱਟਾਂਗੇ। ਇਹਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਹੋਰ ਸਾਡਾ ਇਸ ਤੋਂ ਬਾਅਦ ਜਿਹੜਾ ਐਕਸ਼ਨ ਹੈ, ਅਗਰ ਰੋਡ ਵੀ ਜਾਮ ਕੀਤੇ ਜਾਣਗੇ, ਜਿਵੇਂ ਮੇਨ ਰੋਡ ਜਾਮ ਕੀਤਾ, ਜੇ ਨਹੀਂ ਮੰਨੇ ਰੋਡ ਜਾਮੇ ਕੀਤੇ ਜਾਣਗੇ ਅਤੇ ਬਹੁਤ ਅਸੀਂ ਥਾਂ ਥਾਂ 'ਤੇ ਕੂੜੇ ਦੇ ਢੇਰ ਲਾਵਾਂਗੇ ਅਤੇ ਮਰੇ ਹੋਏ ਕੁੱਤੇ ਸਿੱਟਾਂਗੇ। ਉੱਥੇ ਹੀ ਪਾਇਲ ਦੇ SDM ਹਰਕਮਲ ਨੇ ਦੱਸਿਆ ਕਿ ਸਾਨੂੰ ਰਾਤ 10 ਵਜੇ ਪਤਾ ਲੱਗਿਆ ਸੀ ਕਿ ਪੰਜਾਬ ਭਰ ਦੇ ਸਫਾਈ ਕਰਮਚਾਰੀ ਦੋਰਾਹਾ ਵਿਖੇ ਨੈਸ਼ਨਲ ਹਾਈਵੇ ਜਾਮ ਕਰਨਗੇ। ਇਸ ਦੇ ਲਈ ਉਹਨਾਂ ਵੱਲੋਂ ਪਹਿਲਾਂ ਹੀ ਪੁਲਿਸ ਨੂੰ ਸੂਚਿਤ ਕਰਕੇ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਸੀ ਅਤੇ ਜਲਦ ਹੀ ਇਹਨਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਕੇ ਹਾਈਵੇ ਨੂੰ ਖੁਲਵਾ ਦਿੱਤਾ ਜਾਏਗਾ। ਅੱਜ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਲੈਵਲ 'ਤੇ ਡਿਸਾਈਡ ਕੀਤਾ ਗਿਆ ਕਿ ਦੋਰਾਹੇ ਵਿੱਚ ਨੈਸ਼ਨਲ ਹਾਈਵੇ ਨੂੰ ਇਹ ਬੰਦ ਕਰਨਗੇ ਅਤੇ ਅਸੀਂ ਇੱਥੇ ਆ ਕੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਇਹਨਾਂ ਤੋਂ ਲਿਸਟ ਲਿੱਤੀ ਹੈ ਅਤੇ ਅਸੀਂ ਉਹ ਗਵਰਨਮੈਂਟ ਵੱਲ ਦੇ ਕੇ ਇਹਨਾਂ ਨੂੰ ਪ੍ਰੋਮਿਸ ਕੀਤਾ ਕਿ ਜਲਦੀ ਇਹਨਾਂ ਦੀ ਗਵਰਨਮੈਂਟ ਦੇ ਉੱਚੇ ਲੈਵਲ 'ਤੇ ਮੀਟਿੰਗ ਕਰਾਈ ਜਾਏਗੀ। ਜਿੱਥੇ ਤੱਕ ਲੋਕਾਂ ਦੀ ਪਰੇਸ਼ਾਨੀ ਦੀ ਗੱਲ ਹੈ ਅਤੇ ਸਾਨੂੰ ਇਹ ਇੰਟੀਮੇਸ਼ਨ ਵੀ ਇਹ ਹੋ ਸਕਦਾ ਰਾਤ ਨੂੰ 10 ਕੁ ਵਜੇ ਮਿਲ ਗਈ ਸੀ। ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਬੜੇ ਸੁਚੱਜੇ ਢੰਗ ਨਾਲ ਇਸ ਪੁਆਇੰਟ ਨੂੰ ਦੇਖਦੇ ਹੋਏ ਪਿੰਡਾਂ ਦੇ ਵਿੱਚੋਂ ਡਾਈਵਰਜਨਸ ਦਾ ਪਲਾਨ ਕੀਤਾ ਗਿਆ ਸੀ, ਜਿਹਦੇ ਕਰਕੇ ਆਮ ਲੋਕਾਂ ਨੂੰ ਆਵਾਜਾਈ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਜਿਹੜੇ ਐਮਰਜੈਂਸੀ ਵਹੀਕਲਸ ਨੇ ਉਹਨਾਂ ਦੀ ਵੀ ਡਾਈਵਰਜਨਸ ਤਿਆਰ ਸੀਗੀਆਂ ਅਤੇ ਕੋਈ ਵੀ ਅਣਸੁਖਾਵੀ ਘਟਨਾ ਨੂੰ ਬਚਣ ਲਈ ਇਹ ਅਸੀਂ ਪੂਰੇ ਪ੍ਰਿਪੇਅਰਡ ਸੀਗੇ। ਅਤੇ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਅਸੀਂ ਸੁਣ ਲਈਆਂ ਨੇ। ਹੁਣ ਇਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਕੋਵਿਡ ਨੂੰ ਦੇਖਦੇ ਹੋਏ ਅਤੇ ਗਰਮੀ ਨੂੰ ਦੇਖਦੇ ਹੋਏ ਇਹ ਧਰਨਾ ਚੱਕ ਲੈਣਗੇ। ਸਰ, ਕਿੰਨੇ ਟਾਈਮ ਤੱਕ ਧਰਨਾ ਚਲਾਇਆ ਜਾਊਗਾ ਕਿਉਂਕਿ ਗਰਮੀ ਦਾ ਸੀਜ਼ਨ ਵੀ ਉੱਪਰ 'ਚ ਕੋਵਿਡ ਵੀ ਹੈਗਾ, ਲੋਕਾਂ ਨੂੰ ਪਰੇਸ਼ਾਨੀਆਂ ਵੀ ਹੋ ਰਹੀਆਂ? ਮੈਨੂੰ ਤਾਂ ਇਹਨਾਂ ਨੇ ਸਿਰਫ 10 ਮਿੰਟ ਦਾ ਦਿੱਤਾ ਟਾਈਮ ਵੀ 10 ਮਿੰਟਾਂ ਦੇ ਵਿੱਚ ਧਰਨਾ ਫਲਾ ਦਿੱਤਾ। ਅਸੀਂ ਜੀ DC ਸਾਹਿਬ ਨੂੰ ਤਾਂ ਹੁਣੇ ਮੰਗਾਂ ਭੇਜ ਦਿੱਤੀਆਂ ਨੇ, DC ਸਾਹਿਬ ਦੇ ਥਰੂ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਏਗਾ। ਦੋਰਾਹਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।